हाँ जी, सत श्रीकाल जी सारे। आई होप कि तुम सारे जने घेंट होवोगे। वेलकम है थोड़ा सिंह ब्लॉग के। सारे होटल जो लोग एक मिनट JW मैरियट सब तो वे होटल दिता इधर देखो। हाँ जी, अज का जो मौसम है ना वह अलग चीज है। पानी एन छल छल करता पाया, तो एन देखो तुम पूरा घेंट बनया पे मौसम। तो ए हूँ आप आ गए तो चल जाना। ठीक है, करो चेक। यही चाय सी मामा जी। तो आ करो चेक, रेस दौ भाजी मड़ी। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਈ ਹੋਪ ਕਿ ਤੁਸੀਂ ਸਾਰੇ ਜਾਣੇ ਘੈਂਟ ਹੋਵੋਗੇ। ਵੈਲਕਮ ਆ ਤੁਹਾਡਾ ਸਿੰਘ ਵਲੌਗ ਦੇ ਵਿੱਚ। ਅਤੇ ਅੱਜ ਦਾ ਜਿਹੜਾ ਵਲੌਗ ਆ ਬਹੁਤ ਹੀ ਘੈਂਟ ਹੋਣ ਵਾਲਾ ਆ। ਅਤੇ ਪਤਾ ਨਹੀਂ ਸੀ ਪਹਿਲਾਂ, ਅਤੇ ਇਹ ਵਲੌਗ ਉੱਡੇ ਬਣ ਗਿਆ। ਥੋੜ੍ਹਾ ਜਿਹਾ ਕਾਲੀ ਕਾਲੀ ਦੇ ਵਿੱਚ ਨਿਕਲੇ ਸੀ ਅਤੇ ਆਏ ਹਾਂ ਡਾਊਨ ਟਾਊਨ। ਅਤੇ ਤੁਹਾਨੂੰ ਅੱਜ ਦਾ ਸਾਰਾ ਦਿਖਾਵਾਂਗੇ ਇੱਥੇ ਚੱਕਰਮੈਂਟ। ਅਤੇ ਦੇਖਿਓ ਬਿਲਡਿੰਗਾਂ ਬੁਲਡਿੰਗਾਂ। ਮੀਂਹ ਬਹੁਤ ਪੈਂਦਾ ਪਿਆ ਜੀ, 7-8 ਘੰਟੇ ਹੋ ਗਏ ਮੀਂਹ। ਪਹਿਲਾਂ ਪਈ ਜਾਂਦਾ ਸੀਗਾ ਅਤੇ ਹੁਣ ਤਾਂ ਠੀਕ ਹੈ, ਧੁੱਪ ਧੁੱਪ ਨਿਕਲੀ ਵਾ। ਅਤੇ ਕਰੋ ਚੈੱਕ ਅਤੇ ਬਾਹਲਾ ਹੀ ਨਜ਼ਾਰਾ ਬਣਿਆ ਹੋਇਆ ਅਤੇ ਘੈਂਟ ਆ ਪੂਰਾ ਮਾਹੌਲ ਤਾਂ। ਅਤੇ ਬਾਕੀ ਤੁਹਾਨੂੰ ਤੁਸੀਂ ਬਹੁਤ ਪਿਆਰ ਦਿੱਤਾ ਮੈਨੂੰ ਵੀਡੀਓ ਦੇ ਵਿੱਚ, ਅਤੇ ਮੈਨੂੰ ਬਹੁਤ ਸੋਹਣਾ ਲੱਗਾ। ਠੀਕ ਆ, ਅਤੇ ਸਾਰੇ ਜਾਣੇ ਇਹ ਵੀ ਵੀਡੀਓ ਪੂਰੀ ਦੇਖਿਓ। ਅਤੇ ਵੀਡੀਓ ਪੂਰੀ ਦੇਖਿਓ ਅਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਅਤੇ ਬਾਕੀ ਮਾਹੌਲ ਪੂਰਾ ਵਧੀਆ ਆ, ਘੈਂਟ ਆ। ਅਤੇ ਜੀ ਵੈਗਨ ਦੇ ਵਿੱਚ ਆਏ ਹਾਂ ਤੁਹਾਨੂੰ ਮੈਂ। ਇੱਥੇ ਮਿਲ ਜੀ ਟਿਕਟ ਮੈਨੂੰ ਮੰਮੀ। ਮੈਂ ਨਾ ਸਾਰੀ ਦਿਹਾੜੀ ਕੰਮ ਲੈ ਨੀ ਮਰ ਚੋਰੀ ਦੇ ਦਿਲੇ ਪਾਸੇ ਇਧਰੋਂ ਚੰਗ ਪਿੱਛੇ ਦੇਖਿਆ ਕੋਈ ਨੀ, ਮੈਂ ਖਿੱਚਦੀ ਗੱਡੀ ਇਧਰੋਂ ਮਰ ਜਾਂਦੀ ਸੀ ਲੈਣ, ਉਧਰੋਂ ਮਾਮਾ ਆਉਂਦਾ ਸੀ। ਉਹ ਫਾਲਣੇ ਮਾੜੀ ਕਿਸਮਤ ਤਾਂ ਮਰਜ ਵੀ ਮੇਰੇ ਮਗਰੇ ਕੀਤੀ। ਆ ਇੱਥੇ ਮੈਂ 100 ਤੇ ਜਾ ਰਿਹਾ, ਇੱਥੇ ਮੈਂ ਨੀ ਪਿਆ ਲੱਗਦਾ ਅੱਜ ਤੋਂ ਬਾਅਦ ਗੱਡੀ ਆ ਜਾਏਗਾ ਦੇ ਉੱਤੇ। ਇੱਥੇ ਮੈਂ 100 ਤੇ ਜਾ ਰਿਹਾ ਮੰਮੀ, ਉਹ ਮੇਰੇ ਪਿੱਛੇ ਆ, ਮੈਨੂੰ ਕੋਈ ਪਤਾ ਨਹੀਂ ਸ਼ੀਸ਼ੇ 'ਚ। ਉਹ ਆ ਗਿਆ ਲਾਈਟਾਂ ਸਾਹਮਣੇ, ਜੇ ਮੈਂ ਕਿਹਾ ਬ੍ਰੇਕ ਲਾਉਣ ਲੱਗਾ ਤਾਂ ਮੈਂ ਲਾਈਟਾਂ ਦੇ ਗੱਡੀ ਲਾਉਣ ਲੱਗਾ, ਪਿੱਛੇ ਸ਼ੀਸ਼ੇ ਦੇਖਿਆ ਪਿੱਛੇ ਚਾਰਜਰ ਪੂਰੇ ਡੇ ਗਰੀ ਲਾ ਲੱਗੀ ਉਹਦੇ। ਮੈਂ ਕਿਹਾ ਹੋ ਗਿਆ ਕੰਮ, ਮੈਂ ਲਾਈਟਾਂ ਤੇ ਖੜਾ ਲਾਲ ਲਾਈਟਾਂ ਇੱਦਾਂ ਹੀ, ਮੈਂ ਲਾਈਟਾਂ ਤੇ ਖੜਾ ਵਾਂ ਉਹ ਮੇਰੇ ਮਗਰ ਖੜਾ ਵਾ, ਮੈਂ ਲਾਈਟਾਂ ਤੇ ਖੜਾ ਵਾਂ ਉਹ ਮੇਰੇ ਮਗਰ ਖੜਾ ਵਾ। ਮੈਨੂੰ ਪਤਾ ਸੀ ਵੀ ਲਾਈਟਾਂ ਹਾਲੇ ਨੀ ਲਾਈਟਾਂ ਲਾਉਣੀਆਂ ਨੇ ਮੈਨੂੰ, ਲਾਈਟ ਹਰੀ ਹੋ ਗਈ ਨਾ, ਲਾਈਟ ਹਰੀ ਹੋ ਗਈ ਤਾਂ ਮੈਂ ਗੱਡੀ ਗਾਂਹ ਕਰੂੰਗਾ ਉਦੋਂ ਰੋਕੂਗਾ। ਉਹੀ ਗੱਲ ਹੋਈ, ਮੈਂ ਇੱਥੋਂ ਲਾਈਟਾਂ ਹਰੀਆਂ ਹੋ ਗਈਆਂ, ਮਾੜ ਐਂ ਗੱਡੀ ਗਾਂਹ ਹੀ ਕੀਤੀ ਆ, ਨਾਲ ਹੀ ਜਗ ਮਰਲੀ ਇੱਕ ਜਦੋਂ ਮੈਂ ਤੁਹਾਡੇ ਜਨਮ ਦਿਨ ਵਾਲੇ ਦਿਨ ਆਉਂਦਾ ਸੀ। ਉਦੋਂ ਮੈਂ 2 ਟਾਈਟਾਂ ਲਈਆਂ, 8 ਪੁਆਇੰਟਾਂ ਦੀਆਂ। ਉਹ ਦਿਨ ਤਾਂ ਮੇਰਾ ਲਾਇਸੈਂਸ ਕੈਂਸਲ ਹੋਣਾ ਸੀ, ਬਚ ਗਿਆ, ਹੁਣ 150 ਤੇ ਆਉਂਦਾ ਸੀ। ਮੂਹਰੇ ਮਾਮਾ ਖੜਾ ਹੋਇਆ ਤੇਰੀ, ਹੁਣ ਉੱਥੇ ਲਾਈਟਾਂ ਚਲਾ ਸੀ ਅਸੀਂ ਪਹਿਲਾਂ ਹੀ, ਪਿਛਲੇ ਰਡਾਰ ਨੇ ਕੈਚ ਕਰ ਲਿਆ ਉਹਦੇ ਨੇ। ਯਾਰ ਤੁਸੀਂ ਮੇਰੇ ਜਿਹੜਾ ਜੀ ਕਿਉਂ ਬੈਠੇ ਆ, ਉਹਨੇ ਕਹਿਣਾ ਤੂੰ ਹੀ ਲੰਘਦਾ ਰੋਜ਼ ਗੱਡੀਆਂ ਤੇ। JW ਮੈਰੀਅਟ ਸਭ ਤੋਂ ਵੱਡਾ ਹੋਟਲ ਦਿੱਤਾ ਇੱਧਰ ਦੇਖੋ। ਹਾਂਜੀ, JW ਮੈਰੀਅਟ ਸਭ ਤੋਂ ਵੱਡਾ ਹੋਟਲ ਆ। ਅੱਛਾ, ਇੱਦਾਂ ਬਣਿਆ ਸਾਈਡ ਤੇ JW ਮੈਰੀਅਟ ਆ ਵੀ ਲਿਖਿਆ ਹੈ। ਬਹੁਤ ਵੱਡਾ ਨੇ, ਮੈਂਟੋ ਮੈਂਟੀ ਆਏ ਉੜਤਾਦਾ ਨਾਲ ਦੀ। ਮੁੰਡੇ ਜੇ ਹੋਏ ਰਹਿੰਦੇ ਤੇ ਰਹਿਣਾ ਤੂੰ। ਹਾਂਜੀ, 2 ਲਈ
ਰਾਈਟ ਨਾ ਕਿ ਫੇਰ ਕਰ ਤੇ ਰਾਈਡ ਕਰਾਂਗਾ ਪਿਆ ਤੇ ਆਏ ਸੀ ਸਟੈਨਲੀ ਪਾਰਕ ਤੇ ਤੁਹਾਨੂੰ ਮੈਂ ਦਿਖਾਉਣ ਆਇਆ ਧੁੱਪ ਜੀ ਨਿਕਲੀ ਉਹ ਹਵਾ ਬਹੁਤ ਚੱਲਦੀ ਪਈ ਅੱਜ ਤੇ ਨਾਲੇ ਬੱਦਲ ਵੀ ਸਾਰੇ ਐਨ ਥੱਲੇ ਥੱਲੇ ਬਹੁਤ ਘੈਂਟ ਲੱਗਦਾ ਪਿਆ ਤੇ ਤੁਹਾਨੂੰ ਮੈਂ ਦਿਖਾਉਣਾ ਨਜ਼ਾਰਾ ਪੂਰਾ ਬਣਿਆ ਪਿਆ ਠੀਕ ਆ ਤੇ ਘੈਂਟ ਆ ਪੂਰਾ ਤੇ ਤੁਹਾਨੂੰ ਬਾਕੀ ਗੱਡੀ ਦੇ ਵੀ ਦਰਸ਼ਨ ਕਰਵਾਵਾਂਗੇ ਪੂਰੇ ਤੇ ਨਜ਼ਾਰਾ ਹੀ ਲਿਓ ਤੁਸੀਂ ਵੀ ਤੇ ਬਾਕੀ ਤੁਸੀਂ ਆਹ ਕਰੋ ਯਾਰ ਚੈੱਕ ਉੱਥੇ ਹੀ ਆਏ ਹਾਂ ਜਿਸ ਦਿਨ ਉੱਦਣ ਆਏ ਸੀਗੇ ਤੇ ਬਹੁਤ ਘੈਂਟ ਆ ਤੇ ਅੱਜ ਦਾ ਜਿਹੜਾ ਮੌਸਮ ਆ ਨਾ ਉਹ ਅਲੱਗ ਚੀਜ਼ ਆ ਤੇ ਪਾਣੀ ਐਨ ਛਲ ਛਲ ਕਰਦਾ ਪਿਆ ਤੇ ਐਨ ਦੇਖੋ ਤੁਸੀਂ ਪੂਰਾ ਘੈਂਟ ਬਣਿਆ ਪਿਆ ਮੌਸਮ ਤੇ ਐਨ ਵਧੀਆ ਤੇ ਉਹ ਮੋਹਰੇ ਜਿਹੜੀ ਆ ਸਟੈਨਲੀ ਪਾਰਕ ਆ ਸਾਰੀ ਦਿਖਦੀ ਪਈ ਆ ਤੇ ਇੱਧਰ ਬਿਲਡਿੰਗਾਂ ਤੇ ਘੈਂਟ ਪੂਰਾ ਮੌਸਮ ਪੂਰਾ ਵੀ ਵਧੀਆ ਨਜ਼ਾਰਾ ਪੂਰਾ ਬਣਿਆ ਪਿਆ ਆ ਤੇ ਸਾਰੇ ਜਾਣੇ ਬਾਕੀ ਤੁਹਾਨੂੰ ਮੈਂ ਦਿਖਾਊ ਹੁਣ ਬਿਲਡਿੰਗਾਂ ਬੁਲਡਿੰਗਾਂ ਘੁੰਮਣੀਆਂ ਠੀਕ ਆ ਕੈਮਰਾ ਨਹੀਂ ਯਾਰ ਲਿਆ ਹੋਇਆ ਮੇਰੇ ਕੋਲ ਤੇ ਕੈਮਰੇ ਦੇ ਵਿੱਚ ਮੈਂ ਤੁਹਾਨੂੰ ਉਹ ਵੀ ਦਿਖਾਉਣਾ ਸੀ ਸਾਰਾ ਉਹ ਵਧੀਆ ਘੈਂਟ ਪੂਰਾ ਮੌਸਮ ਹਵਾ ਜੀ ਚੱਲਦੀ ਪਈ ਆ ਬੱਦਲ ਆਏ ਹੋਏ ਥੱਲੇ ਦੇਖੋ ਤੇ ਆਪਾਂ ਹੁਣ ਥੱਲੇ ਆ ਗਏ ਹਾਂ ਤੇ ਹਵਾ ਬਹੁਤ ਚੱਲਦੀ ਪਈ ਆ ਤੇ ਘੈਂਟ ਆ ਪੂਰਾ ਮਾਹੌਲ ਤਾਂ ਪੂਰਾ ਘੈਂਟ ਆ ਤੇ ਉੱਧਰ ਉੱਧਰ ਨੂੰ ਜਾਵਾਂਗੇ ਹੈਗਾ ਤੇ ਵੀ ਡਾਊਨਟਾਊਨ ਹੀ ਆ ਤੇ ਉੱਧਰ ਜਾ ਕੇ ਵੀਡੀਓ ਵੀਡੀਓ ਬਣਾਉਂਦੇ ਹਾਂ ਰੀਲਾਂ ਵਗੈਰਾ ਬਣਾਉਂਦੇ ਹਾਂ ਤੇ ਬਾਕੀ ਤੁਸੀਂ ਸਾਰੇ ਜਣੇ ਵੀਡੀਓ ਪੂਰੀ ਦੇਖਿਓ ਠੀਕ ਆ ਘੈਂਟ ਪੂਰਾ ਮੌਸਮ ਤਾਂ ਹਵਾ ਚੱਲਦੀ ਆ ਠੰਡਾ ਠੰਡਾ ਮੌਸਮ ਪਾਇਓ ਪੂਰੇ ਕਮਰੇ ਮੈਂ ਕਿਹਾ ਭਾਵੇਂ ਬਰਫ਼ ਦੇ ਵਿੱਚ ਫਰੀਜਰ ਚਲਾ ਦਿਉ ਮੈਨੂੰ ਤਾਂ ਕੋਈ ਚੱਕਰ ਹੀ ਤੇ ਸਾਰੇ ਜਣੇ ਹੁਣ ਨਾ ਵੀਡੀਓ ਪੂਰੀ ਦੇਖਿਓ ਕਿਉਂਕਿ ਆਪਾਂ ਨੂੰ ਹੁਣ 40 ਕਵਰ ਚਾਹੀਦੇ ਆ ਟਫਰਾਂ ਭਰਿਆ ਉਹ ਤੋਂ ਪਹਿਲਾਂ ਆਪਾਂ 40 ਕਵਰ ਕਰਨੇ ਆ ਠੀਕ ਆ ਅਤੇ 40 ਕਵਰ ਪੂਰੇ ਕਰਕੇ ਅਤੇ ਉਹ ਆਪਣਾ ਚੈਨਲ ਮੋਨੀਟਾਈਜ਼ ਹੋ ਜੂਗਾ ਸਾਰੇ ਜਣੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਤੇ ਬਾਕੀ ਜੀਵਿਆਂ ਦੇ ਵਿੱਚ ਆਪਾਂ ਜਿਹੜੀ ਗੇੜੀ ਛੇੜੀ ਮਾਰਾਂਗੇ ਅਤੇ ਤੁਹਾਨੂੰ ਪੂਰੀ ਦਿਖਾਵਾਂਗੇ ਠੀਕ ਆ ਸਾਰੇ ਜਣੇ ਨਾਲ ਰਹੋ ਅਤੇ ਤੁਹਾਡੀ ਸਪੋਰਟ ਹੀ ਆਪਣੀ ਪੂਰਾ ਕੰਮ ਕਰਦਾ ਅਤੇ ਆਪਣੇ ਸਾਹਿਲ ਭਾਅ ਜੀ ਉਹਨਾਂ ਦੇ ਨਾਲ ਆਏ ਹੋਏ ਸੀ ਅਸ਼ਵਨੀ ਅੰਕਲ ਆਪਣੇ ਨਾਲ ਆ ਅਤੇ ਤੁਹਾਨੂੰ ਉਹਨਾਂ ਨਾਲ ਵੀ ਮਨਾਉਣ ਲਾਉਂਦੇ ਹਾਂ ਅੰਕਲ ਨੂੰ ਠੰਡ ਲੱਗਦੀ ਪਈ ਆ ਅਤੇ ਬਾਕੀ ਘੈਂਟ ਆ ਪੂਰਾ ਮੌਸਮ ਨਜ਼ਾਰਾ ਪੂਰਾ ਬਣਿਆ ਪਿਆ ਅਤੇ ਆ ਦੇਖੋ ਹੁਣ ਆਪਾਂ ਆ ਗਏ ਹਾਂ ਅਤੇ ਚੱਲ ਜਾਣਾ ਠੀਕ ਆ ਕਰੋ ਚੈੱਕ ਇਹੀ ਚਾਹੀ ਸੀ ਬਾਕੀ ਤੁਹਾਨੂੰ ਬਾਹਰ ਕਿਤੇ ਖੜ ਕੇ ਜ਼ਰੂਰ ਦਿਖਾਵਾਂਗੇ ਠੀਕ ਆ ਲੱਗੀ ਨੀ ਸਪੈਸ਼ਲ ਰੁਕੇ ਸੀਗੇ ਆਪਾਂ ਤੁਹਾਨੂੰ ਜੀ ਵੈਗਨ ਦਿਖਾਉਣੇ ਲਈ ਠੀਕ ਆ ਅਤੇ ਬਾਕੀ ਬਹੁਤ ਵਧੀਆ ਕੰਮ ਚੱਲੀ ਜਾਂਦਾ ਘੈਂਟ ਆ ਪੂਰਾ ਓਕੇ ਆ ਅਤੇ ਸੁਪਨਾ ਸੀ ਜੀ ਵੈਗਨ ਦੇ ਵਿੱਚ ਬੈਠਣ ਦਾ ਅਤੇ ਜੀ ਵੈਗਨ ਹੈਗੀ ਵੀ ਆ ਹੁਣ ਅਤੇ ਨਜ਼ਾਰੇ ਪੂਰੇ ਲਵਾਂਗੇ ਅਤੇ ਤੁਹਾਨੂੰ ਮੈਂ ਦਿਖਾਉਣਾ ਆਵਾਜ਼ ਵੀ ਤੁਹਾਨੂੰ ਸੁਣਾਊਂਗਾ ਠੀਕ ਆ ਜੀ ਵੈਗਨ ਦੀ ਅਤੇ ਬਾਕੀ ਕਰੋ ਚੈੱਕ ਪਹਿਲਾਂ ਤਾਂ ਕਰੋ ਇੰਟੀਰੀਅਰ ਠੀਕ ਆ ਬਾਕੀ ਤੁਹਾਨੂੰ ਇੰਟੀਰੀਅਰ ਵਗੈਰਾ ਬਾਅਦ 'ਚ ਦਿਖਾਉਂਦੇ ਹਾਂ ਸਾਨੂੰ ਕਰੋ ਜੇ ਮਾਮਾ ਆ ਗਿਆ ਮੂਹਰੇ ਮਾਮਾ ਜੀ ਅਤੇ ਆਹ ਕਰੋ ਚੈੱਕ
ਦਿਆ ਕਰ ਚੈੱਕ ਜੀ ਵੈਗਨ ਘੈਂਟ ਆ ਪੂਰਾ ਰੇਸ ਦਿਓ ਭਾਜੀ ਮੜੀ ਕੰਬਦੀ ਪੂਰੀ ਕੰਬਦੀ ਪੂਰੀ ਪੂਰੀ ਡਰ ਡਰ ਹੁੰਦੀ ਕਰੋ ਚੈੱਕ ਫਿਰ ਨਜ਼ਾਰਾ ਨਾ ਘੈਂਟ ਆ ਪੂਰਾ ਮਾਹੌਲ ਤੇ ਬਹੁਤ ਵਧੀਆ ਇੰਟੀਰੀਅਰ ਵਗੈਰਾ ਵੀ ਘੈਂਟ ਆ ਯਾਰ ਘਰ ਤੇ ਬਹੁਤ ਮਜ਼ਾ ਆਇਆ ਯਾਰ ਇਹ ਮੇਰੇ ਮੈਨੂੰ ਨਾ ਪਤਾ ਜਿਹਾ ਨਹੀਂ ਸੀਗਾ ਕਿ ਇਹ ਵਲੋਗ ਦਾ ਕਿ ਮੈਨੂੰ ਬਣਾਉਣਾ ਪਊਗਾ ਅਤੇ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਮੈਂ ਪੁੱਕੇ ਵੈਰੀ ਜਾਂਦਾ ਤਾਂ ਮੈਂ ਵਲੋਗ ਬਣਾਉਂਦਾ ਜ਼ਰੂਰ ਤੇਰੀ ਭੈਣ ਨੂੰ ਹੈ ਅਤੇ ਫਿਰ ਮੈਂ ਤੁਹਾਡੇ ਨਾਲ ਵਧੀਆ ਸ਼ੇਅਰ ਕਰਦਾ ਅਤੇ ਅਗਲੀ ਵਾਰ ਜਦੋਂ ਮੈਂ ਜ਼ਰੂਰ ਜਾਊਂਗਾ ਤਾਂ ਤੁਹਾਨੂੰ ਮੈਂ ਵਧੀਆ ਬਣਾ ਕੇ ਦਊਂਗਾ ਇਹ ਮਿੰਨੀ ਵਲੋਗ ਸੀ ਅਤੇ ਜੀ ਵੈਗਨ ਦੀ ਤੁਹਾਨੂੰ ਪੂਰੀ ਦਿਖਾਊਂਗਾ ਕੀਟਰੀ ਮੀਟਰੀ ਅਤੇ ਬਾਕੀ ਮੈਂ ਇੰਜੋਏ ਕੀਤਾ ਯਾਰ ਅੱਜ ਦਾ ਦਿਨ ਅਤੇ ਤਾਂ ਕਰਕੇ ਥੋੜ੍ਹਾ ਜਿਹਾ ਉਹ ਹੋ ਗਿਆ ਅਤੇ ਬਾਕੀ ਘੈਂਟ ਸੀ ਪੂਰਾ ਵੀਡੀਓ ਸੋਹਣੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਅਤੇ ਬਾਕੀ ਮੇਰਾ ਅੱਜ ਦਾ ਦਿਨ ਬੜਾ ਘੈਂਟ ਗਿਆ ਅਤੇ ਤੁਸੀਂ ਦੱਸਿਓ ਕਿ ਤੁਹਾਡਾ ਦਿਨ ਕਿਵੇਂ ਦਾ ਜਾਂਦਾ ਅਤੇ ਵਧੀਆ ਅੱਜ ਪੂਰਾ ਪਹਿਲਾਂ ਮੀਂਹ ਪਈ ਗਿਆ ਉਹ ਆਹ ਦੇਖੋ ਜੀ ਸ਼ਿਕਾਰੀ ਰੱਖਿਆ ਪਹਿਲਾਂ ਮੀਂਹ ਪਈ ਗਿਆ ਅਤੇ ਬਾਅਦ ਵਿੱਚੋਂ ਉੱਦਾਂ ਤਾਂ ਵੈਂਕੂਵਰ ਠੀਕ ਹੀ ਸੀ ਮੇਰੇ ਹਿਸਾਬ ਨਾਲ 6-7 ਘੰਟੇ ਪੂਰਾ ਠੋਕ ਕੇ ਮੀਂਹ ਪਿਆ ਅਤੇ ਅਸੀਂ ਵੈਂਕੂਵਰ ਗਏ ਸੀ ਵੈਂਕੂਵਰ ਠੀਕ ਸੀਗਾ ਅਤੇ ਤਾਂ ਕਰਕੇ ਵੀਡੀਓ ਵੀ ਥੋੜ੍ਹੀ ਜਿਹੀ ਇੱਦਾਂ ਢਿੱਲੀ ਵੀ ਸੀ ਜੀ ਬਣੀ ਅਤੇ ਬਾਹਲਾ ਉਹ ਨਹੀਂ ਰਿਹਾ ਅਤੇ ਹੁਣ ਠੀਕ ਆ ਮੌਸਮ ਹੁਣ ਥੋੜ੍ਹਾ ਜਿਹਾ ਮੀਂਹ ਹਟਿਆ ਹੋਇਆ ਆ ਅਤੇ ਮੀਂਹ ਪਰ ਪੂਰਾ ਐਨ ਮੈਂ ਕਿਹਾ ਜੀ ਜ਼ਬਰਦਸਤ ਪੂਰਾ ਠੋਕ ਕੇ ਪਿਆ ਅਤੇ ਤੁਸੀਂ ਕਰੋ ਚੈੱਕ ਬੱਦਲ ਬੁੱਦਲ ਐਨ ਵਧੀਆ ਆ ਅਤੇ ਬਾਕੀ ਘੈਂਟ ਆ ਯਾਰ ਮੌਸਮ ਆਹ ਸ਼ਿਕਾਰੀ ਰੱਖਿਆ ਆਪਾਂ ਅਤੇ ਇੱਧਰ ਬੀਜਿਆ ਸਮਾਨ ਸਮੂਨ ਜਿਹਾ ਅਤੇ ਜਦੋਂ ਸਮਾਨ ਵੱਡਾ ਹੋ ਗਿਆ ਤਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਠੀਕ ਆ ਓਕੇ ਜੀ ਬਾਏ ਬਾਏ ਟਾਟਾ।